ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕੋਟਕਪੁਰਾ ਬਠਿੰਡਾ ਰੋਡ ਤੇ ਹੋਏ ਇੱਕ ਭਿਆਨਕ ਸੜਕੀ ਹਾਦਸੇ 'ਚ ਇੱਕ ਲੜਕੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਨੋਂ ਲੜਕੀ ਲੜਕਾ ਕਾਰ 'ਚ ਸਵਾਰ ਸਨ ਅਤੇ ਕਾਰ ਦੀ ਬੱਸ ਨਾਲ ਆਹਮੋ ਸਾਹਮਣੇ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਦੋਹਾਂ ਨੂੰ ਨਜ਼ਦੀਕੀ ਦੇ ਹਸਪਤਾਲ ਲਿਆਂਦਾ ਗਿਆ। ਹਸਪਤਾਲ 'ਚ ਐਮਰਜੈਂਸੀ ਡਿਊਟੀ ਤੇ ਤੈਨਾਤ ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਐਕਸੀਡੈਂਟ ਕੇਸ ਆਇਆ ਹੈ ਅਤੇ ਦੋਹਾਂ ਜ਼ਖਮੀਆਂ ਦੀ ਮੌਤ ਹੋ ਚੁੱਕੀ ਹੈ। इसकी जानकारी देंगे, क्या पोजीशन है दोनों की? जो मेल और फीमेल दोनों आए हैं, दोनों ही ब्लड डेड हैं। क्या नाम है, कहाँ के रहने वाले? जो मेल है उनका नाम है अमनदीप सिंह, सन ऑफ इकबाल सिंह, और जो फीमेल है उनका नाम है मनदीप कौर, डॉटर ऑफ रेशम सिंह। इस हादसे बारे पुलिस अधिकारी ने दसा कि उन्होंने सूचना मिली सी कि एक बस ते कार दी टक्कर हुई है, जिस से कार सवार लड़का ते लड़की गंभीर रूप से जख्मी हो गए हैं, जिन्हां दी हालत काफ़ी नाजुक बनी हुई है। हाँ जी, ऐसे तो सर ये जो एक्सीडेंट हुआ उसके बारे में जानकारी देंगे? अभी एक इतला मिली है, एक एक्सीडेंट हुआ है फोर्ड फिगो गाड़ी और बस के बीच में, तो दोनों को लेके आए यहाँ पे सिविल हॉस्पिटल एमरजेंसी में एडमिट कराया, बाकी देखते हैं। ये दोनों की डेथ हो चुकी? नहीं, अभी डिक्लेयर डेथ तो नहीं हुई है, पर हाँ दोनों सीरियस कंडीशन में है। ये बस कौन सी थी? GNT कंपनी की बस थी। ਮੇਰੇ ਤੱਕ ਪਤਾ ਲੱਗਿਆ ਵੀ ਕਿੱਥੋਂ ਦੇ ਰਹਿਣ ਵਾਲੀ ਸੀ? ਨਹੀਂ, ਇਹ ਵੀ ਇਨਵੈਸਟੀਗੇਸ਼ਨ ਜਾ ਰਹੀ ਹੈ, ਪਤਾ ਲੱਗੇਗਾ ਕਹਾਂ ਪੇ ਕਹਾਂ ਨਹੀਂ ਹੈ। ਬਾਕੀ ਇਨਕੇ ਜੋ ID ਪਰੂਫ ਹੈ ਉਸੇ ਇਨਕੁਆਰੀ ਕਰ ਰਹੇ ਹਾਂ। ਇਸ ਬੁਰੇ ਮਾਮਲੇ 'ਚ ਦੇਖਣ ਵਾਲੀ ਗੱਲ ਇਹ ਰਹੀ ਕਿ ਮ੍ਰਿਤਕ ਲੜਕੀ ਬਠਿੰਡੇ ਦੀ ਰਹਿਣ ਵਾਲੀ ਸੀ ਅਤੇ ਨੌਜਵਾਨ ਨਾਲ ਕਿੱਥੇ ਜਾ ਰਹੀ ਸੀ। ਜਦੋਂ ਇਸ ਸੰਬੰਧੀ ਲੜਕੇ ਦੇ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ। ਹੁਣ ਇਹ ਸਭ ਕੀ ਹੈ, ਇਸ ਦਾ ਪਤਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਦੂਸਰੇ ਪਾਸੇ ਪੁਲਿਸ ਵੀ ਮੀਡੀਆ ਨਾਲ ਖਾਨਾ ਪੂਰਤੀ ਕਰਦੀ ਨਜ਼ਰ ਆਈ ਤੇ ਪੁਲਿਸ ਦੋਹਾਂ ਦੀ ਹਾਲਤ ਨਾਜ਼ੁਕ ਦੱਸ ਰਹੀ ਸੀ, ਜਦਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਹੈ। ਕੋਟਕਪੁਰਾ ਤੋਂ KC ਸੰਜੇ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।